ਤੁਸੀਂ ਰੈਗੂਲਰ ਸਥਾਨੀ ਕੈਂਡੀਡੇਟ ਦੇ ਕੰਮ ਕਾਜ ਨੂੰ ਦੇਖਦੇ ਹੋ, ਅਸੀਂ ਵੋਟ ਪਾਉਂਦੇ ਹਾਂ, ਦੇਖੇਂਗੇ ਦੇਸ਼ ਕੇ ਕਿਆ ਮੁੱਦੇ ਹੈ, ਦਿੱਲੀ ਕੇ ਕਿਆ ਮੁੱਦੇ ਹੈ, ਉਸਕੇ ਹਿਸਾਬ ਸੇ ਦੇਂਗੇ ਵੋਟ। ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਿੰਗ ਹੋ ਰਹੀ ਹੈ, ਜਿੱਥੇ ਵੋਟਰਾਂ ਵਿੱਚ ਇਹਨਾਂ ਚੋਣਾਂ ਨੂੰ ਲੈ ਕੇ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਸਾਡੇ ਪੱਤਰਕਾਰ ਵੱਲੋਂ ਵੋਟਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਵਿਕਾਸ ਦੇ ਮੁੱਦੇ ਨੂੰ ਅੱਗੇ ਰੱਖ ਕੇ ਵੋਟ ਪਾਉਣ ਦੀ ਗੱਲ ਆਖੀ ਹੈ। ਪਹਿਲੀ ਵਾਰ ਵੋਟ ਨਹੀਂ, ਪਹਿਲੀ ਵਾਰ ਨਹੀਂ, ਸੈਕਿੰਡ ਟਾਈਮ। ਹਾਂਜੀ, ਨੌਜਵਾਨੋ ਕਿਨ ਮੁੱਦੋਂ ਕੋ ਲੇਕਰ ਆਪਣਾ ਜੋ ਵੋਟ ਡਾਲੋਗੇ? ਜੌਬ ਅਪਰਚੁਨਿਟੀਜ਼ ਔਰ ਪੋਲਿਊਸ਼ਨ ਕਮ ਹੋ, ਸੜਕੇ ਸਹੀ ਹੋ, ਔਰ ਵੀ ਬਹੁਤ ਚੀਜ਼ਾਂ ਹੈ, ਐਜੂਕੇਸ਼ਨ ਕੋ ਲੈ ਕੇ ਬੇਸਿਕਲੀ। ਦੇਖ ਰਹੇ ਹੋ ਆਪ ਦਿੱਲੀ ਸੁਧਰ ਰਿਹਾ ਹੈ ਜਾਂ ਵਿਗੜ ਰਿਹਾ ਹੈ? ਸੁਧਰ ਰਿਹਾ ਹੈ, ਸਹੀ ਪੇਸ ਪੇ ਸੁਧਰ ਰਿਹਾ ਹੈ, ਔਰ ਆ ਕੇ ਦੇਖੋ। ਔਰ ਅਸੀਂ ਰੈਗੂਲਰ ਸਥਾਨੀ ਕੈਂਡੀਡੇਟ ਦੇ ਕੰਮ ਕਾਜ ਨੂੰ ਦੇਖਦੇ ਹੋਏ ਅਸੀਂ ਵੋਟ ਪਾਉਂਦੇ ਹਾਂ। ਬਾਕੀ ਸਾਡੇ ਇਲਾਕੇ 'ਚ ਇਹ ਹੈ ਕਿ ਅਗਰ ਅਸੀਂ ਸਾਡੇ ਸਥਾਨੀ ਕੈਂਡੀਡੇਟ ਕੋਈ ਵੀ ਹੋਏ, ਚਾਹੇ ਬੀਜੇਪੀ ਦਾ ਹੋਏ, ਚਾਹੇ ਉਹਦਾ ਹੋਏ, ਕਾਂਗਰਸ ਦਾ ਹੋਏ, ਉਹ ਬੱਲੀ ਮਾਰਨ ਸਾਡੀ ਸੀਟ ਹੈਗੀ, ਲੇਕਿਨ ਉਹਦਾ ਭੂਗੋਲਿਕ ਕਾਰਨ ਐਸਾ ਹੈਗਾ ਕਿ ਅਸੀਂ ਬੱਲੀ ਮਾਰਨ ਦੀ ਸੀਟ 'ਚ ਡਾਇਰੈਕਟ ਜਾ ਨਹੀਂ ਸਕਦੇ ਉਹਦੇ ਕੋਲ, ਕਿਉਂਕਿ ਸਾਨੂੰ ਨਾ ਦੂਸਰੀ ਕੌਨਸਟੀਚੁਐਂਸੀ ਦੇ ਵਿੱਚੋਂ ਨਾ ਰੋਂਗ ਸਾਈਡ ਹੋ ਕੇ ਜਾਣਾ ਪੈਂਦਾ। ਸਾਡੇ ਪਹਾੜਗੰਜ ਦੇ ਪੁਲ ਦੀ ਨਾ ਸਭ ਤੋਂ ਵੱਡੀ ਸਮੱਸਿਆ ਟ੍ਰੈਫਿਕ ਦੀ ਹੈਗੀ ਇੱਧਰ। ਹਾਂਜੀ, ਸੋ ਟ੍ਰੈਫਿਕ ਦੀ ਸਮੱਸਿਆ ਆ, ਉਹਨਾਂ ਦਾ ਕਹਿਣਾ ਸਟੇਸ਼ਨ ਦੇ ਕੋਲ ਜਾਂ ਪਹਾੜਗੰਜ ਦੇ ਕੋਲ ਜਾਂ ਟ੍ਰੈਫਿਕ ਹੈਗਾ ਨਾ, ਉਹ ਸ਼ੀਲਾ ਦੀ ਇੱਕ ਕਰੋਸਿੰਗ ਨੇ ਇਹਨਾਂ ਨੇ ਕਾਮਨਵੈਲਥ ਗੇਮ 'ਚ ਬੰਦ ਕਰਤੀ ਸੀ ਹਾਲ ਦੀ, ਉਹ ਅਗਰ ਖੁੱਲ ਜਾਵੇ ਤਾਂ ਸਾਨੂੰ ਬਹੁਤ ਸਹੂਲਤ ਹੋ ਸਕਦੀ ਹੈ, ਅਗਰ ਸਾਨੂੰ ਯੂ ਟਰਨ ਪੁਲ ਦੇ ਉੱਪਰ ਦਾ ਦੇ ਦਿੱਤਾ ਜਾਵੇ ਤਾਂ। ਤੁਸੀਂ ਵੋਟ ਪਾ, ਮੇਨ ਸਮੱਸਿਆ ਸਾਡੀ ਇੱਥੇ ਟ੍ਰੈਫਿਕ ਦੀ ਹੈਗੀ ਜੀ, ਬਹੁਤ ਜ਼ਿਆਦਾ ਸਮੱਸਿਆ ਹੈਗੀ ਜੀ। ਆਪਣਾ ਦੇ ਘਰ ਪਰਿਵਾਰ ਦੇ ਜਗ੍ਹਾ ਜਾਇਦਾਦ ਕਲੀਅਰ ਹੋ ਜਾ, ਕੋਈ ਜਗ੍ਹਾ ਨਹੀਂ ਸਾਡੇ ਪਾਸ, ਕੋਈ ਮਕਾਨ ਨਹੀਂ, ਇੱਕ ਆਪਣਾ ਇੱਥੇ ਰਹਿੰਦੇ ਪਟੜੀ ਦੇ ਵੀ, ਸਾਨੂੰ ਜਗ੍ਹਾ ਜਾਇਦਾਦ ਮਿਲਣੀ ਚਾਹੀਦੀ ਹੈ, ਬੱਚੇ ਛੋਟੇ ਛੋਟੇ ਆ। ਅੱਛਾ, ਅਤੇ ਕੀ ਉਮੀਦ ਲੱਗਦੀ ਹੈ ਵੀ ਐਤਕੀ ਕੌਣ ਬਾਜੀ ਮਾਰੂਗਾ? ਬਾਕੀ ਮਹਾਰਾਜ ਦੀ ਕਿਰਪਾ ਨਾਲ, ਬਾਕੀ ਦੇਖੋ ਖਾਲਸਾ ਵਾਹਿਗੁਰੂ। ਪਹਿਲੀ ਵਾਰ ਵੋਟ ਨਹੀਂ, ਪਹਿਲੀ ਵਾਰ ਨਹੀਂ, ਸੈਕਿੰਡ ਟਾਈਮ। ਹਾਂਜੀ, ਨੌਜਵਾਨੋ ਕਿਨ ਮੁੱਦੋਂ ਕੋ ਲੇਕਰ ਆਪਣਾ ਜੋ ਵੋਟ ਡਾਲੋਗੇ? ਜੌਬ ਅਪਰਚੁਨਿਟੀਜ਼ ਔਰ ਪੋਲਿਊਸ਼ਨ ਕਮ ਹੋ, ਸੜਕੇ ਸਹੀ ਹੋ, ਔਰ ਵੀ ਬਹੁਤ ਚੀਜ਼ਾਂ ਹੈ, ਐਜੂਕੇਸ਼ਨ ਕੋ ਲੈ ਕੇ ਬੇਸਿਕਲੀ। ਦੇਖ ਰਹੇ ਹੋ ਆਪ ਦਿੱਲੀ ਸੁਧਰ ਰਿਹਾ ਹੈ ਜਾਂ ਵਿਗੜ ਰਿਹਾ ਹੈ? ਸੁਧਰ ਰਿਹਾ ਹੈ, ਸਹੀ ਪੇਸ ਪੇ ਸੁਧਰ ਰਿਹਾ ਹੈ, ਔਰ ਆ ਕੇ ਦੇਖੋ। ਦੇਖੇਂਗੇ ਦੇਸ਼ ਕੇ ਕਿਆ ਮੁੱਦੇ ਹੈ, ਦਿੱਲੀ ਕੇ ਕਿਆ ਮੁੱਦੇ ਹੈ, ਉਸਕੇ ਹਿਸਾਬ ਸੇ ਦੇਂਗੇ ਵੋਟ। ਦਿਆ ਹੈ ਵੋਟ ਆਪਨੇ ਦੇ ਦਿਆ। ਦਿੱਲੀ ਕੇ ਕਿਆ, ਆਪਕੋ ਕਿਆ ਲਗਤਾ ਹੈ ਦਿੱਲੀ ਕੇ ਮੁੱਦੇ ਕਿਆ ਹੈ, ਇਸ ਵਿਧਾਨ ਸਭਾ ਹਲਕੇ ਕੇ ਬਲੀ ਮਰਨ ਕੇ ਕਿਆ ਮੁੱਦੇ ਹੈ? ਇਲਾਕੇ ਕਾ ਕੋਈ ਵਿਕਾਸ ਨਹੀਂ ਹੁਆ, ਕੁਛ ਨਹੀਂ ਹੁਆ, ਕੋਈ ਕਾਮ ਨਹੀਂ ਹੁਆ ਕਿਸੀ ਤਰ੍ਹਾਂ ਕਾ, ਇਸ ਲਈ ਅਬ ਜੋ ਆਏਗਾ ਨਿਆ ਉਸਕੋ ਦੇਖਤੇ ਹੈ ਕਿਆ ਕਾਮ ਕਰਤਾ ਹੈ। ਦੱਸ ਦੀ ਕਿ ਦਿੱਲੀ ਚੋਣਾਂ 'ਚ 70 ਸੀਟਾਂ ਉੱਤੇ 672 ਉਮੀਦਵਾਰ ਨੇ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਅੱਜ ਈਵੀਐਮ ਮਸ਼ੀਨਾਂ ਵਿੱਚ ਬੰਦ ਹੋ ਜਾਏਗਾ ਅਤੇ 11 ਤਰੀਕ ਨੂੰ ਖੁੱਲ੍ਹੇਗਾ। ਜ਼ਿਕਰਯੋਗ ਹੈ ਕਿ 2015 'ਚ ਆਮ ਆਦਮੀ ਪਾਰਟੀ ਨੇ 70 'ਚੋਂ 67 ਸੀਟਾਂ ਉੱਤੇ ਜਿੱਤ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਸੀ, ਜਦਕਿ ਬੀਜੇਪੀ ਮਹਿਜ 3 ਸੀਟਾਂ ਉੱਤੇ ਹੀ ਸਿਮਟ ਕੇ ਰਹਿ ਗਈ ਸੀ ਅਤੇ ਕਾਂਗਰਸ ਪਾਰਟੀ ਦਾ ਤਾਂ ਖਾਤਾ ਵੀ ਨਹੀਂ ਸੀ ਖੁੱਲ੍ਹਿਆ। ਪਰ ਅੱਜ ਕਰੀਬ 1.5 ਕਰੋੜ ਵੋਟਰ ਦਿੱਲੀ ਦਾ ਫੈਸਲਾ ਤੈਅ ਕਰਨਗੇ ਅਤੇ ਆਉਣ ਵਾਲੀ 11 ਤਰੀਕ ਨੂੰ ਦੇਖਣਾ ਇਹ ਹੋਵੇਗਾ ਕਿ ਇਸ ਵਾਰ ਦਿੱਲੀ ਫਤਿਹ ਕਿਹੜੀ ਪਾਰਟੀ ਕਰਦੀ ਹੈ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।